अच्छा जकर सब ਤੁਸੀਂ ਨਵਜੋ ਸਿੰਘ ਸਿੱਧੂ ਦੀ ਪਪੁਲਾਰਿਟੀ ਦੀ ਗੱਲ ਕਰ ਰਹੇ ਹੋ ਕਿ ਬਹੁਤ ਜ਼ਿਆਦਾ ਪਪੁਲਾਰਿਟੀ ਹੈ ਪਰ ਤੁਹਾਨੂੰ ਲੱਗਦਾ ਹੈ ਕਿ ਜਿਹੜੇ aarop ਚੰਨੀ ਤੇ ਲੱਗੇ ਸੀਗੇ ਉਹਨਾਂ ਤੇ ਕਿਉਂਕਿ ਜਿਹੜੇ ਭੰਜ ਨੇ ਉਹਨਾਂ ਤੇ ਉਹਨਾਂ ਤੋਂ 10 ਕਰੋੜ ਦੇ ਕਰੀਬ ਦਾ ਕੈਸ਼ ਜਿਹੜਾ ਮਿਲਿਆ ਤੇ ED ਦੀ ਜਿਹੜੀ ਇਹ ਕਾਰਵਾਈ ਹੋਈ ਉਸ ਦਾ ਕਿਤੇ ਨਾ ਕਿਤੇ ਅਸਰ ਜਿਹੜਾ ਹੈ ਉਹ ਵੀ ਪਏਗਾ ਜਾਂ ਫਿਰ ਉਸ ਨੂੰ ਕਨਸੀਡਰ ਕੀਤਾ ਨਹੀਂ ਕਾਂਗਰਸ ਨੇ ਨਹੀਂ ਕਾਂਗਰਸ ਨੇ ਕਨਸੀਡਰ ਕੀਤਾ ਜੀ ਕਾਂਗਰਸ ਪਾਰਟੀ ਇਕੱਲੀ ਕਨਸੀਡਰੇਸ਼ਨ ਨਹੀਂ ਲੋਕਾਂ ਦੀ ਕਨਸੀਡਰੇਸ਼ਨ ਚ ਤੁਸੀਂ ਦੇਖੋ ਵੀ ਜਿਨ੍ਹਾਂ ਇੱਕ एनफोर्समेंट डायरेक्टरेट ਦੇ ਪਿਛਲੇ ਸਮੇਂ ਅਸੇ ਜਿੱਥੇ ਕਿਤੇ ਇਲੈਕਸ਼ਨ ਆਉਂਦਾ ਉੱਥੇ ਆ ਕੇ ਈਡੀ ਥੋੜੀ ਐਕਟਿਵ ਹੋ ਜਾਂਦੀ ਹੈ ਜੇ ਟਾਈਮਿੰਗ ਕੋਈ ਹੋਰ ਹੁੰਦੀ ਨਾ ਜੀ ਆ ਕੰਮ ਜੇ ਅਜ ਤੋਂ 4 ਮਹੀਨੇ ਪਹਿਲਾਂ ਜਾਂ 6 ਮਹੀਨੇ ਪਹਿਲਾਂ ਕੀਤਾ ਕਿਸੇ ਨੇ ਕੁਐਸਚਨ ਨਹੀਂ ਸਰੀਅਸ ਕਰਨਾ ਪਰ ਅੱਜ ਇਲੈਕਸ਼ਨ ਤੋਂ ਕੋਡ ਆਫ ਕੰਡਕਟ ਲੱਗ ਗਿਆ ਉਹਦੇ ਬਾਅਦ ਇਸ ਕਿਸਮ ਦੀ ਜਿਹੜੀ ਰੇਡ ਹੈ ਇਸ ਤਰ੍ਹਾਂ ਦਾ ਪਹਿਲਾਂ ਉੱਥੇ ਮਮਤਾ ਬੇਨਰਜੀ ਉਹਨਾਂ ਦੇ ਭਤੀਜੇ ਤੇ ਹੋਇਆ ਕਮਲਨਾਥ ਦੇ ਉੱਤੇ ਕੀਤਾ ਕਰੀ ਜਾ ਰਹੀ ਹੈ ਜਿਹੜੀ ਹਰੀਖ ਹਰੀਖ ਤਾਂ ਐਜੰਸੀਆਂ ਦਾ ਇਸਤੇਮਾਲ ਕਰਕੇ ਉਹਨਾਂ ਦੀ ਕ੍ਰੈਡੀਬਿਲਟੀ ਪਲੋ ਕਰ ਦਿਆ ਆਦਰਵਾਇਜ਼ ਕਿਸ ਨੇ ਅਜ ਤੀ ਐਡੀ ਤੇ ਸਵਾਲ ਨਹੀਂ ਚੱਕ ਕੇ ਵੀ ਐਡੀ ਕਰ ਰਹੀ ਹੈ ਐਡੀ ਐਨੀ ਪੈਰੋਕਾਰ ਸੀਗੀ ਤੇ ਇੱਕ ਤਾਂ ਬਹੁਤ ਪੁਰਾਣਾ ਕੇਸ ਹੈ ਡਰਗਲ ਕੇਸ ਯਾਦ ਹੈ ਤੁਹਾਨੂੰ ਜੀ ਬਿਲਕੁਲ ਕਿੱਥੇ ਪਿਆ ਹੈ ਜਲੰਧਰ ਪਿਆ ਹੈ ਤੇ ਕਿਹਦੇ ਕੋਲ ਹੈ ਈਡੀ ਕੋਲ ਸਾਨੂੰ ਦੋਸ਼ ਦੇਈ ਜਾਂਦੇ ਹੋ ਤੁਸੀਂ ਉਹਦਾ ਨਹੀਂ ਕੀਤਾ ਸੈਕ੍ਰੀਲੇਜ ਕੇਸ ਦਾ ਨਹੀਂ ਕੀਤਾ ਤੇ ਡਰੱਗ ਕੇਸ ਦਾ ਇਹਨਾਂ ਨੇ ਕੀ ਕੀਤਾ ਸਭ ਜਾਂ ਭਾਜੀਪੀ ਜਵਾਬ ਦੇਵੇ ਅੱਜ ਇਹਨਾਂ ਨੂੰ ਆ ਤਾਂ 18 ਦਾ ਕੇਸ ਸੀਗਾ ਆ ਤਾਂ ਬੜਾ ਪੁਰਾਣਾ ਕੇਸ ਹੈ ਉਹਦੇ ਤੇ ਕਿਉਂ ਨਹੀਂ ਕਾਰਵਾਈ ਕੀਤੀ ਉਹਦਾ ਕੋਈ ਜਵਾਬ ਤਾਂ ਦੇਣਾ ਪਊਗਾ ਜਦੋਂ ਲੋਕਾਂ 'ਚ ਜਾਣਗੇ ਵੀ ਆ ਇਹਨਾਂ ਨੇ ਆ ਕਿਵੇਂ ਮਸਲਾ ਚੱਕੇ ਸੋ ਇਹਦੇ ਕਰਕੇ ਇਹਨਾਂ ਗੱਲਾਂ ਦਾ ਤੁਸੀਂ ਰਾਜਨੀਤਿਕ ਤੌਰ ਤੇ ਇਵਨ ਸੁਪਰੀਮ ਕੋਰਟ ਨੇ ਜਦੋਂ ਇਹਨਾਂ ਦੇ ਲੱਗਿਆ ਵੀ ਤੁਸੀਂ ਅਰੈਸਟ ਸਟੇਕ ਕੀਤੀ ਉਹਨਾਂ ਨੇ ਕਿਹਾ ਵੀ ਇਹਦਾ ਰਾਜਨੀਤਿਕ ਪ੍ਰਭਾਵ ਪੈਂਦਾ 24 ਤਰੀਕ ਤੱਕ ਗ੍ਰਿਫਤਾਰੀ ਨਹੀਂ ਕਰਨੀ ਡਰਗ ਕੇਸ 'ਚ ਇਹ ਕ ਐਨ ਨਾ ਨਹੀਂ ਆਕੇ ਜòn ਚੱਕਰ ਲੱਗੀ ਅੱਛਾ ਜਾਖੜ ਸਾਹਿਬ ਲੇਕਿਨ ਤੁਹਾਨੂੰ ਲੱਗਦਾ ਕਿ ਵਿਰੋਧੀ ਧਿਰ ਨੂੰ ਜਿਹੜਾ ਹੈ ਇੱਕ ਮੌਕਾ ਮਿਲ ਗਿਆ ਕਿਉਂਕਿ ਰਾਗਵ ਚੱਡਾ ਹੋਣ ਜਾਂ ਫਿਰ ਭਗਵੰਤ ਮਾਨ ਸੁਖਬੀਰ ਬਾਦਲ ਉਹ ਕਹਿ ਰਹੇ ਨੇ ਕਿ ਕਾਂਗਰਸ ਨੇ ਚੰਨੀ ਸਾਹਿਬ ਨੂੰ ਚੂਜ਼ ਕੀਤਾ ਜਿਨ੍ਹਾਂ ਤੇ ਇਲੀਗਲ ਮਾਈਨਿੰਗ ਦੇ આરોਪ ਲੱਗੇ ਨੇ ਨਾਲ ਹੀ ਜਿਨ੍ਹਾਂ ਦੇ ਪਰਿਵਾਰ ਦੇ ਲੋਕ ਜਿਹੜੇ ਨੇ ਰਿਸ਼ਤੇਦਾਰ ਜਿਹੜੇ ਨੇ ਉਹਨਾਂ ਤੋਂ ਕੈਸ਼ ਮਿਲਿਆ ਹੈ ਕੀ ਮੈਸੇਜ ਦੇਣਾ ਚਾਹੀਏ ਕਾਂਗਰਸ ਇਸ ਅਲੀਗੇਸ਼ਨ ਦਾ ਕੋਈ ਵजूद ਨਹੀਂ ਰਹਿ ਜਾਂਦਾ ਜਦੋਂ ਇਲੈਕਸ਼ਨ ਪ੍ਰੋਸੈਸ ਚੱਲੂ ਹੋ ਗਿਆ ਠੀਕ ਹੈ ਗੱਲ ਕੋਈ ਨੂੰ ਡਿਨਾਈ ਨਹੀਂ ਕਰ ਸਕਦਾ ਵੀ ਉਥੇ 10 ਕਰੋੜ ਕੈਸ਼ ਮਿਲੇ ਆ ਇਹਦਾ ਕਹੀਂ ਨਾ ਕਿੱਥੇ ਨਾ ਕਿਤੇ ਇਮਪੈਕਟ ਤਾਂ ਪੈਂਦਾ ਬਟ ਨਾਲ ਦੀ ਨਾਲ ਲੋਕਾਂ ਵੀ ਸਮਝਦਾ ਰਿਹਾ ਵੀ ਸਵਾਲ ਸਾਨੂੰ ਪੁੱਛ ਦੇ ਸਾਨੂੰ ਪਤਾ ਆ ਜਿਹੜਾ ਇਹਨਾਂ ਨੇ ਕੀਤਾ ਇਹਨੂੰ ਇੱਕ ਇਹਦੇ ਮਸਾ ਚੀਫ ਮਿਨਿਸਟਰ ਬਣੇ ਇਹਨੂੰ ਲਵੇੜਨ ਵਾਸਤੇ ਆ ਕੰਮ ਹੋ ਰਿਹਾ ਸੋ ਪੀਪਲ ਵਿਲ ਵੇ these things ਇਟ ਵਿਲ ਡੈਫੀਨਿਟਲੀ ਕਾਊਂਟ ਜਦੋਂ ਕਰਨਗੇ ਪਹਿਲਾਂ ਤਾਂ ਕੁਝ ਹੈ ਨਹੀਂ ਸੀ ਹੁਣ ਉਹਨਾਂ ਪਹਿਲਾਂ ਤਾਂ ਸਿਰਫ ਇਲਜ਼ਾਮ ਸੀਗੇ ਹੁਣ ਉਹ ਤੋਲਣਗੇ ਇਧਰਲੇ ਪਾਸੇ ਇੱਕ ਪਾਸੇ ਉਹ ਦੇਖਣਗੇ ਵੀ ਇਲੈਕਸ਼ਨ ਦਾ ਸਮਾਂ ਦੂਜੇ ਪਾਸੇ ਦੇਖਣਗੇ ਵੀ ਆ ਕੈਸ਼ ਪਕੜਿਆ ਗਿਆ ਸੋ ਦੇ ਵਿਲ ਬੀ ਜਦੋਂ ਕਰਨਗੇ ਪਰ ਪਾਰਟੀ ਹੈਜ਼ taken into consideration west bengal they have taken into consideration madhya pradesh they have taken into consideration har ek state je jithe election hoye hai eh tha dene je aage kisi na kisi nu chak ke le ja mera kal koi banda inna ne chhade nahi jinnu hor bhi inna nu pata aje kehde nibadgi ji pata nahi subhere kinnu le jaan ji ehda inna da koi dekho inna kol the jurisdiction but it is not uh, democracy waste hai kam theek nahi